Yeah.
वाहगुरू जी का खालसा वाहगुरू जी की फतेह। अज असी पिंड चौड़ सिद्धवा के शहीद भाई जसपाल सिंह की शहीदी दिहाड़े ते पहुँचे हाँ। चौड़ सिद्धवा पिंड जिला गुरदासपुर के है, जिथे अज तो कुछ समय पहला भाई जसपाल सिंह ने इस पिंड ही जन्म लिया और अज असी उन्होंने सत्कारयोग माता जी के नाल खड़े हाँ। माता जी वाहगुरू जी का खालसा वाहगुरू जी की फतेह। आप जी एक शहीद भाई जसपाल सिंह हुणां की शहीदी नूं तुसीं अपने पिंड ते हंडाया, सो किदां दा महसूस करदे हो? ਇਹ ਸ਼ਹੀਦੀ ਦੇ ਬਾਰੇ ਤੁਸੀਂ ਸਾਡੇ ਸਿੱਖ ਚੈਨਲ ਦੀ ਸੰਗਤਾਂ ਨੂੰ ਦੱਸੋ। ਉਹਦੀ ਸ਼ਹੀਦੀ ਦਾ ਸਾਨੂੰ ਮਾਣ ਵੀ ਬਹੁਤ ਹੈ ਅਤੇ ਸਾਡਾ ਪੁੱਤ ਜਿਹੜਾ ਸ਼ਹੀਦਾਂ ਦੀ ਲਾਈਨ ਦੇ ਵਿੱਚ ਲੱਗਾ ਵਾ ਅਤੇ ਸਾਨੂੰ ਸਾਰੇ ਪਰਿਵਾਰ ਨੂੰ ਉਹਦੀ ਸ਼ਹੀਦੀ 'ਤੇ ਬਹੁਤ ਮਾਣ ਹੈ। ਉਹਨਾਂ ਦੀ ਸ਼ਹੀਦੀ ਦਾ ਜਿਹੜੇ ਕਾਰਨ ਸੀਗੇ ਜਾਂ ਸ਼ਹੀਦੀ ਹੋਣ ਦੇ ਜਿਹੜੇ ਕਾਰਨ ਸੀਗੇ, ਕੀ ਤੁਹਾਨੂੰ ਲੱਗਦਾ ਕਿ ਉਹ ਉਹਨਾਂ ਦੇ ਮੌਕੇ 'ਤੇ ਜਿਹੜੇ ਕਸੂਰਵਾਰ ਸਨ, ਕੀ ਉਹਨਾਂ ਨੂੰ ਸਜ਼ਾਵਾਂ ਮਿਲੀਆਂ ਨੇ? ਨਹੀਂ ਜੀ, ਅੱਜ ਤੱਕ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ ਜੀ, ਉਹ ਸਾਰੇ ਇੱਦਾਂ ਹੀ ਸਾਰੇ ਆਮ ਘੁੰਮ ਰਹੇ ਆ ਸਭ। ਤੁਸੀਂ ਕੀ ਕਹਿਣਾ ਚਾਹੋਗੇ ਸਮੇਂ ਦੀ ਸਰਕਾਰਾਂ ਜਾਂ ਉਦੋਂ ਦੇ ਮੌਕੇ ਦੇ ਹਾਕਮਾਂ ਦੇ ਬਾਰੇ ਜੀ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਜਿਨ੍ਹਾਂ ਨੇ ਸਾਡਾ ਪੁੱਤ ਸ਼ਹੀਦ ਕੀਤਾ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਹੋਣ, ਪਰ ਇਹ ਸਰਕਾਰਾਂ ਜਿਹੜੀਆਂ ਇਹ ਸਜ਼ਾਵਾਂ ਨਹੀਂ ਦਿੰਦੀਆਂ, ਇਨਸਾਫ਼ ਮਿਲ ਹੀ ਦਿੰਦੇ ਹੀ ਨਹੀਂ, ਇਨਸਾਫ਼ ਮਿਲ ਹੀ ਨਹੀਂ ਰਿਹਾ ਸਾਨੂੰ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਹਾਂਜੀ, ਤੁਹਾਡਾ ਸਿੱਖ ਚੈਨਲ ਦੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਚੌੜ ਸਿੱਧਵਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹੁੰਚੇ ਹਾਂ। ਸਿੱਖ ਚੈਨਲ ਹਮੇਸ਼ਾ ਹੀ ਕੌਮ ਦੀਆਂ ਉਹਨਾਂ ਗੱਲਾਂ ਨੂੰ ਉਜਾਗਰ ਕਰਨ ਵਿੱਚ ਤੱਤਪਰ ਰਹਿੰਦਾ ਹੈ। ਅੱਜ ਸਿੱਖ ਕੌਮ ਦੀ ਮਾਇਨਾਜ ਹਸਤੀ, ਸਿੱਖ ਕੌਮ ਦੀ ਅਜੀਮ ਸ਼ਖਸੀਅਤ ਜਿਸ ਨੇ ਆਪਣੀ ਕੌਮ ਵਾਸਤੇ ਸ਼ਹੀਦੀ ਦਿੱਤੀ, ਅੱਜ ਅਸੀਂ ਉਸ ਨਗਰ ਦੇ ਵਿੱਚ ਭਾਈ ਜਸਪਾਲ ਸਿੰਘ ਪਿੰਡ ਚੌੜ ਸਿੱਧਵਾਂ 'ਚ ਜ਼ਿਲ੍ਹਾ ਗੁਰਦਾਸਪੁਰ ਦੇ ਸਥਿਤ ਹੈ, ਉੱਥੇ ਅਸੀਂ ਅੱਜ ਪਹੁੰਚੇ ਹਾਂ। ਅੱਜ ਉਹਨਾਂ ਦੇ ਸਾਡੇ ਨਾਲ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ, ਸਤਿਕਾਰਯੋਗ ਦਾਦਾ ਜੀ ਅਤੇ ਸਿੱਖ ਸੰਗਤਾਂ ਸਾਡੇ ਨਾਲ ਖੜੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਆਪ ਜੀ ਨੇ ਇੱਕ ਨੌਜਵਾਨ ਬੱਚੇ ਨੂੰ ਕੌਮ ਦੇ ਲਿਖੇ ਲਾਇਆ ਹੈ, ਕੀ ਕਹਿਣਾ ਚਾਹੋਗੇ ਉਹਨਾਂ ਦੀ ਸ਼ਹੀਦੀ ਬਾਰੇ ਜੀ? ਅੱਜ ਅਸੀਂ ਆਪਣੇ ਨਗਰ ਪਿੰਡ ਚੌੜਸਿੰਧਾਂ ਵਿੱਚ ਸ਼੍ਰੀ ਭਾਈ ਜਸਪਾਲ ਸਿੰਘ ਜੀ ਦੀ ਚੌਥਾ ਸ਼ਹੀਦੀ ਸਮਾਗਮ ਜੋ ਮਨਾ ਰਹੇ ਹਾਂ। ਜਸਪਾਲ ਸਿੰਘ ਜਦੋਂ ਬਲਵੰਤ ਸਿੰਘ ਰਾਜੋਵਾਲ ਨੂੰ ਫਾਂਸੀ ਦਾ ਹੁਕਮ ਦਿੱਤਾ ਸੀ, ਉਹਦੇ ਸੰਬੰਧ ਵਿੱਚ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ ਔਰ ਪੂਰੀ ਸਿੱਖ ਸੰਗਤ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ ਔਰ ਸੰਗਤਾਂ ਨੇ ਪੰਜਾਬ ਬੰਦ ਕੀਤਾ। ਉਸੇ ਸੰਬੰਧ ਵਿੱਚ 28 ਮਾਰਚ ਨੂੰ ਗੁਰਦਾਸਪੁਰ ਦੇ ਵਿੱਚ ਕੁਛ ਸਿਵ ਸੈਨਾ ਵਾਲਿਆਂ ਨੇ, ਕੁਛ ਨੌਜਵਾਨ ਬੱਚੇ ਸੀ ਤਿੰਨ, ਜਿਨ੍ਹਾਂ ਨੇ ਦਸਤਾਰਾਂ ਲਾਈਆਂ ਗਈਆਂ, ਸਾੜੀਆਂ ਗਈਆਂ, ਉਹਨਾਂ ਨੂੰ ਕੁੱਟਿਆ ਗਿਆ। ਉਹਦੇ ਸੰਬੰਧ ਵਿੱਚ ਹੀ ਸੰਗਤਾਂ ਨੇ ਰੋਸ ਵਜੋਂ ਥਾਣੇ ਦਾ ਘਿਰਾਓ ਕਰਕੇ ਉਹਨਾਂ 'ਤੇ ਪਰਚਾ ਦਰਜ ਕਰਾਇਆ। 29 ਮਾਰਚ ਨੂੰ ਉਸੇ ਪਰਚੇ ਦੇ ਸੰਬੰਧ ਵਿੱਚ ਜਦੋਂ ਸਿੱਖ ਸੰਗਤਾਂ ਤਿਬੜੀ ਰੋਡ 'ਤੇ ਰਾਮਗੜੀਆ ਗੁਰਦੁਆਰਾ ਸਾਹਿਬ ਵਿੱਚ ਇਕੱਠੀਆਂ ਹੋਈਆਂ ਕਿ ਇਹਨਾਂ ਜੋ ਜਿਨ੍ਹਾਂ ਨੇ ਕੱਲ੍ਹ ਹੁੱਲੜਬਾਜ਼ੀ ਕੀਤੀ ਆ ਇਹ ਗੁੰਡਿਆਂ ਨੇ, ਸਿਵ ਸੈਨਾ ਵਾਲਿਆਂ ਨੇ, ਇਹਨਾਂ ਦੇ ਉੱਤੇ ਪਰਚਾ ਦਰਜ ਜਿਹੜਾ ਕੀਤਾ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਇਸੇ ਸੰਬੰਧ ਵਿੱਚ ਹੀ SSP ਨਾਲ ਗੱਲ ਕਰਨ ਤੋਂ ਬਾਅਦ ਉਹਨੇ ਯਕੀਨ ਦਵਾਇਆ ਕਿ ਮੈਂ ਤੁਹਾਨੂੰ 1 ਘੰਟੇ ਦੇ ਵਿੱਚ ਤੁਹਾਡਾ ਜਿਹੜਾ ਫੈਸਲਾ ਕਰਾ ਦਿੰਦਾ ਔਰ ਤੁਹਾਡੀਆਂ ਉਹਨਾਂ ਦੀਆਂ ਪੱਗਾਂ ਲਿਆ ਦਿੰਦਾ, ਨਾਲੇ ਉਹਨਾਂ ਕੋਲ ਮਾਫ਼ੀ ਮੰਗਾ ਦਿੰਦੇ ਹਾਂ। ਉਹ ਸੰਗਤਾਂ ਨੇ ਉੱਥੇ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਬੱਚਿਆਂ ਨੇ ਔਰ ਇੰਨੇ 'ਚ ਹੀ SSP ਪਿੱਛੇ ਗਿਆ, ਉਹਨੂੰ ਫੋਨ ਆਇਆ ਪਿੱਛੋਂ ਇਹਨਾਂ ਨੂੰ ਉਹਨਾਂ ਨੂੰ ਕੁਛ ਨਹੀਂ ਕਹਿਣਾ, ਇਹਨਾਂ ਨੂੰ ਭਜਾਓ, ਔਰ ਉੱਥੇ ਉਹਨੇ ਜਿਹੜਾ ਫਾਇਰਿੰਗ ਦਾ ਆਰਡਰ ਦੇ ਦਿੱਤਾ, ਬੱਚਿਆਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ, ਜਿਹਦੇ ਵਿੱਚ 2 ਸਿੰਘਾਂ ਦੇ ਭਾਈ ਰਣਜੀਤ ਸਿੰਘ ਉਹਦੇ ਗੋਲੀ ਲੱਗੀ ਪਹਿਲਾਂ, ਫਿਰ ਸ਼ਹੀਦ ਭਾਈ ਜਸਪਾਲ ਸਿੰਘ ਦੇ ਗੋਲੀ ਲੱਗੀ ਜੋ ਉਹ ਮੌਕੇ ਦੇ ਉੱਤੇ ਹੀ ਸ਼ਹੀਦੀ ਨੂੰ ਜਾਮ ਦੇ ਗਿਆ। ਔਰ ਦੇਖੋ, ਪੰਥਕ ਕਹਾਉਣ ਵਾਲੀ ਸਰਕਾਰ ਅੱਜ 4 ਸਾਲ ਸਾਨੂੰ ਇਸ ਕੇਸ ਲੜਦਿਆਂ ਗੁਜ਼ਰ ਚੁੱਕੇ ਹਨ, ਕਿਤੇ ਸਾਡੀ ਸੁਣਵਾਈ ਨਹੀਂ, ਕਿਉਂਕਿ ਸਰਕਾਰ ਹੀ ਉਹਨਾਂ ਜਿਹੜੇ ਦੋਸ਼ੀ ਅਫਸਰ ਨੇ, ਦੋਸ਼ੀ ਸਾਰੇ ਮੁਲਜ਼ਮ ਨੇ, ਪੁਲਿਸ ਵਾਲੇ ਗੁੰਡੇ, ਉਹਨਾਂ ਨੂੰ ਸਰਕਾਰ ਬਚਾ ਰਹੀ ਹੈ, ਕਿਉਂਕਿ ਸਰਕਾਰ ਆਰਡਰ ਦਿੰਦੀ ਆ ਪਰ ਸਰਕਾਰ ਹੀ ਉਹਨਾਂ ਨੂੰ ਬਚਾਉਂਦੀ ਆ, ਖੁਦ ਗੋਲੀ ਚਲਵਾਉਂਦੀ ਆ ਸਿੱਖਾਂ ਦੇ ਉੱਤੇ ਤਾਂ ਹੋਰ ਕਿਸੇ 'ਤੇ ਗੋਲੀ ਨਹੀਂ ਚੱਲਦੀ। ਅੱਜ ਤੱਕ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ, ਬੜੇ ਦੁੱਖ ਨਾਲ ਕਹਿਣਾ ਪੈਂਦਾ ਜਦੋਂ ਕੋਈ ਸਾਨੂੰ ਪੁੱਛਦਾ ਕਿ ਕੀ ਬਣਿਆ ਕੇਸ ਦਾ, ਤਾਂ ਅਸੀਂ ਕਹਿੰਦੇ ਜੀ ਅਜੇ ਕੁਛ ਨਹੀਂ ਬਣਿਆ। ਉਸ ਟਾਈਮ ਮਨ ਨੂੰ ਬਹੁਤ ਸਾਨੂੰ ਠੇਸ ਪਹੁੰਚ ਗਈ ਅਗੇ, ਜਿਹੜੀ ਸਰਕਾਰ ਨੂੰ ਅਸੀਂ ਖੁਦ ਵੋਟਾਂ ਪਾਉਂਦੇ ਰਹੇ ਅੱਜ ਤੱਕ, ਪਰ ਉਹ ਹੀ ਸਰਕਾਰ ਸਿੱਖਾਂ ਦੀ ਦੁਸ਼ਮਣ ਬਣੀ ਹੋਈ। ਸਾਡੇ ਨਾਲ ਸਤਿਕਾਰਯੋਗ ਉਹਨਾਂ ਦੇ ਦਾਦਾ ਜੀ ਬਾਪੂ ਜੀ ਨੇ। ਬਾਪੂ ਜੀ, ਤੁਹਾਨੂੰ ਕੀ ਲੱਗਦਾ ਕਿ ਇਸ ਮੌਕੇ ਦੀ ਸਰਕਾਰ ਤੋਂ ਸਾਨੂੰ ਕੋਈ ਆਸ ਹੈਗੀ ਆ ਇਨਸਾਫ਼ ਦੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸਿੰਘ ਜੀ, ਸ਼ਹੀਦ ਭਾਈ ਜਸਪਾਲ ਸਿੰਘ ਜੀ ਦੀ ਉਮਰ 18 ਸਾਲ 11 ਮਹੀਨੇ ਸੀਗੀ, ਬੇਅੰਤ ਕਾਲਜ ਵਿੱਚ ਇਲੈਕਟ੍ਰੋਨਿਕ ਇੰਜੀਨੀਅਰਿੰਗ ਕਰ ਰਿਹਾ ਸੀਗਾ। ਸਾਧ ਸਿੰਘ ਜੀ ਗੁਰੂ ਪਿਆਰਾ ਸੀਗਾ, ਜਿਹੜਾ ਗੁਰੂ ਮੰਨਦਾ ਸੀ। ਕਾਲਜ ਵਿੱਚ ਮਾਰਚ ਦੇ ਮਹੀਨੇ ਹੀ
अखंड पाठ साहब कराया सीगा और महीने में एक बारी दो बारी तीन बारी गुरदासपुर तो दरबार साहब रात की सेवा से जाता सी और सतसंग जी कदे वो तो यहोजा सिंह सी इतने कोई बच्चा यहोजा काम नहीं करता अपने केस बनता सी ते थले कपड़ा विछा के शाम नू आण के गुरद्वारा साहब पहलों जाता सी छोटे बच्चों नाल प्यार करता सी और बच्चों नू कहिंदा सी भई तुसीं केस रखो दस्तारा सजाओ और गुरु महाराज का सिमरन करता सी फिर जाके लंगर छक के पढ़न बहिंदा सीगा। सतसंग जी शहीद होने तो बाद अज तक सुप्रीम कोर्ट तक दौड़े फिरन डे आ पहलों हाई कोर्ट च दौड़े फिरते रहे हैं हुण सुप्रीम कोर्ट च जाके एक ही मुठ्ठे 1.5 लाख रुपया दे के जिहदा सानू कुछ नहीं मिलिया कोई जवाब नहीं और हुण किसे पता नहीं किधर नू केस तोरन डे आ इन्हां कोलों कोई आस नहीं है सरकार कोलों। आप सारिया संगतां वेख रहे हो की हो रहा 26 तरीक की अखबार पहरेदार पढ़ो की होया बरगाड़ी विच दो सिंह जिहड़े इस तरह सिमरन करदे शहीद किए उन्हां दा की बनिया कोई कुछ नहीं हुण उन्हां दा कटजू जज जिहड़ा उन्हें कमीशन बैठा सी उन्हें रिपोर्ट दित्ती ते कल दी अखबार च मजीठे ने दित्ता कटजू कौन आ ये जवाब दिंदी है सरकार जिहड़ा कमीशन बैठा उन्हूं भी नहीं मानते किसी नूं भी नहीं मानते हाई कोर्ट नूं भी नहीं मानते सो सानू अजे तक कोई आस नहीं पर असी तुरे रहना अभी केस नहीं छड़ना अभी तुरे रहना जिथे तक चलन असी उतों तक जाना। वाहिगुरु जी का खालसा वाहिगुरु जी की फतेह। वो समा दूर नहीं है कि पहले समय तो लैके ही सिख कौम के अंदर नौजवान क्योंकि नौजवान ही कौम का सरमाया हो करते हैं इस तरह ही नौजवानों ने समय समय से शहीदियां दित्तियां ने सो समा दसेगा कि आने वाले समय के सानू इस लोकतंत्र राज दे विच इंसाफ मिलेगा कि नहीं मिलेगा। आई हुई समूह संगतां दा पिंड चौड़ सिद्धवाज विच बहुत बहुत धन्यवाद है जी। वाहेगुरू जी का खालसा वाहेगुरू जी का खालसा वाहेगुरू जी की फतेह। अज असी भाई जसपाल सिंह दे शहीदी दिहाड़ा मना रहे पिंड चौड़ सिद्धवाज विच एकत्र होए हाँ और वख वख जथेबंदियों वालों वख वख सिख संस्थावां वालों उन्होंने श्रद्धा के फुल अर्पण करने वास्ते इत्थे संगतां हाज़र हुई ने। अज साढ़े नाल सिख कौम की अजीम शख्सियत भाई करनैल सिंह जी पीर मुहम्मद वो भी समय समय से अपने योगदान सेवा करते रहते हैं। अज वो शहीद भाई जसपाल सिंह के शहीदी दिहाड़े से इतने साढ़े को पहुँचे ने असी उन्होंने जी आखते हैं जी। वाहिगुरू जी का खालसा वाहिगुरू जी की फतेह। भाई साहब जी तुसी शहीद भाई जसपाल सिंह के परिवार के नाल उदों तो ही जुड़े हो उन्होंने जोड़े सुपने सन वो अजे तक पूरे होए ने जड़े जड़े उन्होंने जिस करके शहीदी हुई है उस बारे तो की कहना जी। भाई जसपाल सिंह अपने मापियां दे अकलौते बेटे सन ते जदों भाई बलवंत सिंह राजोआना की फांसी की गल चल रही सी उन्हां दिनां दे विच उन्होंने जिहड़ा एक रोसमई प्रदर्शन हो रहा सी शांतमई उहदे विच हिस्सा लिया पंजाब पुलिस ने मिल के गुंडागर्दी करदिआं इस नौजवान नूं शहीद कर दिता। उस तों बाद इत्थे बड़ा जिहड़ा इस गल का प्रोटेस्ट होया विरोध होया लेकिन मौके दे उत्ते SSP DC जिहड़े आ सस्पेंड भी किए गए लेकिन कुछ समय बाद उन्हां नूं बहाल कर दिता गया। अज 4 साल बीत गए ने सिख कौम नूं उन्हां दे परिवार नूं कोई न्याय नहीं मिले ते अज बहुत वड्डी गिणती दे विच सिख जथेबंदियां पंज प्यारे साहिबान ते वख-वख जथेबंदियां दे नुमाइंदे सिख संगतां इत्थे पहुंचियां ने। सो असीं ऑल इंडिया सिख स्टूडेंट्स फैडरेशन ते सिख फॉर जस्टिस ने उस दिन फैसला किया सी कि भाई जसपाल सिंह बेंत इंजीनियरिंग कॉलेज के विद्यार्थी सन होनहार सन उन्हां दी याद विच इक स्कॉलरशिप अवार्ड जिहड़ा है वो असी शुरू किया और उस दी चौथी कड़ी वजो अज असी 3 विद्यार्थियों जिन्हां दे विच 2 लड़कियां ने 1 लड़का ते उन्हां नूं असी स्कॉलरशिप अवार्ड दिता। और सब तो दिलचस्प गल है कि जदों भी असी स्कॉलरशिप अवार्ड हर साल देने आ उन्हां दे विच असी ये नहीं देखते कि ये सिख परिवार का बच्चा जां हिंदू परिवार का बच्चा जिहड़ा होनहार होवे ते आर्थिक तौर पर कमजोर होवे उन्हां बच्चों असी करते हैं ते अज भी एक हिंदू परिवार के बच्चे नूं इत्थे स्कॉलरशिप जिहड़ा अवार्ड दिता गया। सो जिहड़ी पंजाब सरकार है वह भी केंद्र सरकार वांग ही चल रही है केंद्र सरकार ने 1984 सिख नसलकुशी का अज तक इंसाफ नहीं दिता ते पंजाब सरकार ने कल्ला भाई जसपाल सिंह नहीं हरमिंदर सिंह डबवाली इस तरह करमजीत सिंह सनाम दर्शन सिंह लोहारा ते भाई बलकार सिंह किन्ने ही सिंह जिहड़े आ सबदा साध सिरसे वाले दे चक्कर दे विच शहीद होए वख-वख घटनावां होईयां लेकिन कोई इंसाफ नहीं मिलिया।
तो इंसाफ प्राप्ति वास्ते अज भी मते पास किए गए हैं। तो असी सरकारां नूं इहो गल कहना चाहुंदे आ कि पंजाब दे अंदर कल्ली सिख कौम नहीं, पूरी दुनिया दे विच सिख कौम वसदी है। सो सिख कौम नूं इंसाफ मिले तो बगैर साडा जिहड़ा मसला हल नहीं हो सकता। असी लगातार अगे भी संघर्ष किया, अगां भी करदे रहांगे। बहुत धन्यवाद है भाई साहब जी का, जिहड़े अपने कीमत वक्त कढ के अज सिंह साहब भाई जसपाल सिंह की शहीदी ते इत्थे पहुंचे ने, और असी इन्हों का तह दिलों धन्यवाद करते। इस तरह आने वाले समय में गुरु साहब जी अरदास करते हैं कि वो इन्हों होर उद्यम बल बख्शन, एक कौम की सेवा करते रहन। वाहिगुरु जी का खालसा, वाहिगुरु जी की फतेह। प्यारी साध सिंह जी, शहीद भाई जसपाल सिंह का परिवार जेड़े अज चौथा शहीदी समागम मना रहे ने, साध सिंह जी ये समागम जसपाल सिंह के पिता जी जसपाल सिंह उन्हों का कला ही बेटा, एको बेटा सी, साध सिंह जी अपने कोलों अपने घर विचों मना रहे ने। आप सारिया ने वेख लिया कि किन्नी संगत आ, लंगर की सेवा, संगत की सेवा पहलों अखंड पाठ साहब आरंभ हुए सी, सवेरे भोग पे सी 9 बजे, उस तो बाद 10 बजे समागम शुरू हो गया सी। रागी जथे, ढाडी जथे, क्विशरी जथे, सारे आप जी नूं पता कि किन्नी माया रेंदे आ। इस वास्ते असी सारा खर्च जिहड़ा उह सहन नहीं कर सकते। आप सारिया संगतां नूं बेनती आ, गुरद्वारा साहब का भी काम जिहड़ा सेवा बहुत आ, उत्ते जिहड़ा काम होना बहुत ज़्यादा होना, जिन्ना खर्चा कहिंदे ने ठेकेदार थले होया उन्ना ही उत्ते होना। इस वास्ते साडी संगतां नूं बेनती आ कि साढ़े नाल सहयोग करो, सानू सेवा करो, ताकि गुरद्वारा की सारी जी कंप्लीट हो जाए और असी बड़े सुचजे ढंग नाल शहीदियां बरसियां मना सकीए। वाहिगुरू जी का खालसा, वाहिगुरू जी की फतेह।